ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਈਂਡ ਯੂਟਿਊਬ ਚੈਨਲ ਦੇ ਉੱਤੇ। ਅੱਜ ਆਪਾਂ ਚੱਕਰ ਨਾਲ ਰਿਲੇਟਡ ਥਿਊਰਮ ਦੇਖਾਂਗੇ। ਵੈਸੇ ਆਪਾਂ ਪਹਿਲਾਂ ਪਾਇਥਾਗੋਰਸ ਥੀਅਰਸ ਅਤੇ ਪਾਇਥਾਗੋਰਸ ਦਾ ਆਲਟ ਥਿਊਰਮ ਨੂੰ ਕਰ ਲਿਆ। ਕਾਫੀ ਸਟੂਡੈਂਟਸ ਨੇ ਉਹਨੂੰ ਪਸੰਦ ਕੀਤਾ, ਥੀਅਰਸ ਥਿਊਰਮ ਨੂੰ, ਪਾਇਥਾਗੋਰਸ ਨੂੰ ਅਤੇ ਪਾਇਥਾਗੋਰਸ ਦੇ ਆਲਟ ਨੂੰ। ਉਸ ਤੋਂ ਬਾਅਦ ਸਟੂਡੈਂਟਸ ਦਾ ਕਮੈਂਟ ਬਾਕਸ ਵਿੱਚ ਕਮੈਂਟ ਆਇਆ ਸੀ ਕਿ ਚੱਕਰ ਨਾਲ ਜਿਹੜੀਆਂ ਰਿਲੇਟਡ ਆ, ਚੱਕਰ ਨਾਲ ਜੁੜੀਆਂ ਹੋਈਆਂ ਥਿਊਰਮ, ਉਹਨਾਂ ਨੂੰ ਵੀ ਜ਼ਰੂਰ ਕਰਵਾਇਆ ਜਾਵੇ। ਤਾਂ ਉਹਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਘੰਟੀ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ, ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰੂੰਗਾ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਮਿਲ ਜਾਵੇ। ਤਾਂ ਚਲੋ ਇਸ ਨੂੰ ਸ਼ੁਰੂ ਕਰਦੇ ਹਾਂ। ਦੇਖੋ, ਪ੍ਰਮੇਯ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਹਰੀ ਬਿੰਦੂ 'ਤੇ ਚੱਕਰ 'ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਵਾ। ਇਹਦੇ ਕਹਿਣ ਦਾ ਮਤਲਬ ਆ ਕਿ ਲੈ ਲਓ ਆਪਣੇ ਕੋਲ ਇੱਕ ਚੱਕਰ ਆ, ਮੰਨ ਲੈਣਾ ਆਪਣੇ ਕੋਲ ਇੱਕ ਚੱਕਰ ਆ, ਉਹ ਚੱਕਰ 'ਤੇ ਆਪਾਂ ਕੋਈ ਬਾਹਰੋਂ ਦੋ ਰੇਖਾਵਾਂ ਖਿੱਚ ਦਿੰਦੇ ਹਾਂ, ਸਪਰਸ਼ ਰੇਖਾਵਾਂ, ਪਰ ਬਿੰਦੂ ਇੱਕ ਹੀ ਹੋਣਾ ਚਾਹੀਦਾ, ਇੱਕ ਬਿੰਦੂ ਤੋਂ ਸਪਰਸ਼ ਰੇਖਾਵਾਂ ਖਿੱਚੋ। ਤਾਂ ਉਹਦੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀਆਂ ਇਹ ਦੋ ਆਪਾਂ ਰੇਖਾਵਾਂ ਖਿੱਚੀਆਂ ਵਾ, ਇਹਨਾਂ ਦੋਨਾਂ ਰੇਖਾਵਾਂ ਦੀ ਜਿਹੜੀ ਲੰਬਾਈ ਆ ਉਹ ਬਰਾਬਰ ਹੋਵੇਗੀ। ਸਿੱਧੀ ਜਿਹੀ ਗੱਲ ਹੈ, ਇੱਕ ਸਿੰਪਲ ਜਿਹੀ ਗੱਲ ਆ ਕਿ ਜੇ ਆਪਾਂ ਬਾਹਰੀ ਕਿਸੇ ਬਿੰਦੂ ਨੂੰ ਚੱਕਰ 'ਤੇ ਦੋ ਰੇਖਾਵਾਂ ਖਿੱਚਾਂਗੇ, ਉਹਨਾਂ ਦੀ ਲੰਬਾਈ ਬਰਾਬਰ ਹੋਵੇਗੀ। ਇਹਨੂੰ ਸਿੱਧ ਕਰਨ ਵਾਸਤੇ ਮੈਂ ਥੋੜ੍ਹੀ ਜਿਹੀ ਰਚਨਾ ਕਰਦਾ। ਮੈਂ ਕੀ ਕਰੂੰਗਾ, ਕੇਂਦਰ ਤੋਂ ਦੋ ਰੇਖਾਵਾਂ ਇਹਨੂੰ ਟੱਚ ਜਿੱਥੇ ਕਰ ਦਿੰਦਾ, ਜਿੱਥੇ ਇਹਨੂੂੰ ਕੱਟ ਦੀਆਂ ਉਹਨਾਂ ਨਾਲ ਮਿਲਾ ਦਿੰਦਾ, ਅਰਧ ਵਿਆਸ ਖਿੱਚ ਦਿੰਦਾ ਦੋ, ਅਤੇ ਇੱਕ ਮੈਂ ਰੇਖਾ ਖਿੱਚ ਦੇਣਾ ਵਿਚਾਲੇ ਇਹਨਾਂ ਦੇ। ਤਾਂ ਇੱਦਾਂ ਮੈਂ ਇੱਥੇ ਇੱਕ ਰੇਖਾ ਖਿੱਚ ਦੇਵਾਂਗਾ ਜਿੱਦਾਂ ਤੁਸੀਂ ਦੇਖ ਪਾ ਰਹੇ ਹੋ। ਤਾਂ ਇਹਨਾਂ ਨੂੰ ਮੈਂ ਨੇਮ ਦੇ ਦਿੰਦਾ ਵਾਂ, ਇਹਨਾਂ ਨੂੰ ਨੇਮਿੰਗ ਆਪਾਂ ਦੇ ਦਿੰਦੇ ਹਾਂ ਜੇ ਆਪਾਂ ਇਹਨੂੰ ਸਿੱਧ ਕਰਨ ਵਾਸਤੇ। ਮੰਨ ਲਓ ਕਿ ਮੈਂ ਇਹਨੂੰ ਪੀ ਲਿਖਤਿਆ, ਇਹਨੂੰ ਮੈਂ ਕਿਊ ਲਿਖਤਾ, ਇਹਨੂੰ ਮੈਂ ਆਰ ਲਿਖਤਾ, ਅਤੇ ਜਿਹੜਾ ਕੇਂਦਰ ਆ ਮੈਂ ਇਹਨੂੰ ਓ ਲਿਖ ਦਿੰਦਾ। ਹੁਣ ਉਹ ਇਹ ਕਹਿਣਾ ਚਾਹੁੰਦਾ ਵਾ, ਉਹ ਕਹਿਣਾ ਚਾਹੁੰਦਾ ਵਾ ਕਿ ਜਿਹੜੀ ਪੀ ਕਿਊ ਰੇਖਾ ਵਾ, ਇਹਦੀ ਲੰਬਾਈ ਜਿਹੜੀ ਹੋਊਗੀ ਉਹ ਜਿਹੜੀ ਪੀ ਆਰ ਰੇਖਾ ਵਾ ਇਹਦੇ ਬਰਾਬਰ ਹੋਊਗੀ। ਉਹਦੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਸਿੱਧ ਕਰਨਾ ਵਾ। ਇਹਨੂੰ ਸਿੱਧ ਕਰਨ ਵਾਸਤੇ ਦੇਖੋ, ਜਦੋਂ ਆਪਾਂ ਸਵਾਲ ਸ਼ੁਰੂ ਕਰਨਾ, ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਸਵਾਲ ਦੇ ਵਿੱਚ ਆਪਣੇ ਕੋਲ ਚਾਰ ਚੀਜ਼ਾਂ ਜ਼ਰੂਰ ਲਿਖੀਆਂ ਹੋਣੀਆਂ ਚਾਹੀਦੀਆਂ, ਕਿਉਂਕਿ 6 ਨੰਬਰ ਵਿੱਚ ਸਵਾਲ ਆਉਣਾ। ਤਾਂ 6 ਨੰਬਰ ਦੇ ਵਿੱਚ ਜਿਹੜੀਆਂ ਆਪਣੇ ਕੋਲ ਚਾਰ ਇਹਦੇ ਸਟੈਪ ਹੁੰਦੇ ਆ, ਉਹ ਸਟੈਪ ਬਾਏ ਸਟੈਪ ਜ਼ਰੂਰ ਲਿਖਣੇ ਆ ਤੁਸੀਂ। ਜਿਵੇਂ ਪਹਿਲਾ ਸਟੈਪ ਆਪਾਂ ਉਹਨੇ ਕਿਹਾ ਦਿੱਤਾ ਹੈ। ਹੁਣ ਦੇਖੋ, ਦਿੱਤਾ ਹੈ ਇਹਦੇ ਵਿੱਚ ਆਪਾਂ ਕੀ ਲਿਖਣਾ ਹੁੰਦਾ, ਜਿਹੜੀ ਚੀਜ਼ ਆਪਾਂ ਨੂੰ ਦਿੱਤੀ ਉਹ ਲਿਖ ਲਓ। ਦੇਖੋ, ਆਪਾਂ ਨੂੰ ਉਹਨਾਂ ਨੇ ਇੱਕ ਚੱਕਰ ਦਿੱਤਾ, ਚੱਕਰ ਦਾ ਕੇਂਦਰ ਉਹ ਹੈ, ਬਿੰਦੂ ਪੀ ਤੋਂ ਪੀ ਕਿਊ ਅਤੇ ਪੀ ਆਰ ਸਪਰਸ਼ ਰੇਖਾਵਾਂ ਦਿੱਤੀਆਂ ਉਹਨਾਂ ਨੇ ਆਪਾਂ ਨੂੰ। ਇੱਕ ਚੱਕਰ ਆ ਅਤੇ ਦੋ ਸਪਰਸ਼ ਰੇਖਾਵਾਂ ਦਿੱਤੀਆਂ ਨੇ, ਸਿਰਫ ਆਪਾਂ ਨੂੰ ਉਹਨਾਂ ਨੇ ਇੰਨਾ ਹੀ ਕਿਹਾ ਸੀ ਕਿ ਇੱਕ ਤੁਹਾਡੇ ਕੋਲ ਚੱਕਰ ਆ ਅਤੇ ਉਸਦੇ ਉੱਪਰ ਦੋ ਸਪਰਸ਼ ਰੇਖਾਵਾਂ ਵਾ, ਠੀਕ ਹੈ। ਬਾਕੀ ਆਪਾਂ ਰਚਨਾ ਕੀਤੀ ਹੈ, ਦੋ ਸਪਰਸ਼ ਰੇਖਾਵਾਂ। ਉਸ ਤੋਂ ਬਾਅਦ ਆਪਾਂ ਨੂੰ ਉਹਨਾਂ ਨੇ ਸਿੱਧ ਕਰਨ ਵਾਸਤੇ ਕਿਹਾ ਕਿ ਤੁਸੀਂ ਸਿੱਧ ਕਰੋ ਕਿ ਜਿਹੜੀਆਂ ਦੋਨੇ ਰੇਖਾਵਾਂ ਵਾ, ਇਹ ਦੋਨੇ ਰੇਖਾਵਾਂ ਜਿਹੜੀ ਇੱਕ ਉੱਪਰ ਰੇਖਾ ਬਣਦੀ ਆ, ਇੱਕ ਜਿਹੜੀ ਥੱਲੇ ਰੇਖਾ ਬਣਦੀ ਆ, ਇਹ ਦੋਨੇ ਬਰਾਬਰ ਆ, ਇਹ ਤੁਸੀਂ ਸਿੱਧ ਕਰਕੇ ਦਿਖਾਓ। ਅਤੇ ਰਚਨਾ ਦੇ ਵਿੱਚ ਆਪਾਂ ਕੀ ਕੀਤਾ ਸੀ, ਆਪਾਂ ਕੀਤਾ ਓ ਨੂੰ ਕਿਊ ਦੇ ਨਾਲ ਮਿਲਾਤਾ, ਇੱਥੇ ਆਪਣੇ ਕੋਲ ਜਿਹੜਾ ਕੇਂਦਰ ਓ ਸੀਗਾ ਉਹਨੂੰ ਆਪਾਂ ਉੱਪਰ ਮਿਲਾਤਾ ਸੀ, ਥੱਲੇ ਮਿਲਾਤਾ ਸੀ ਅਤੇ ਇੱਕ ਵਿਚਾਲੇ ਰੇਖਾ ਖਿੱਚਦੀ ਸੀ, ਸੋਰੀ। ਉਵੇਂ ਆਪਾਂ ਰਚਨਾ ਦੇ ਵਿੱਚ ਲਿਖ ਦਾਂਗੇ, ਕੋਈ ਯਾਦ ਕਰਨ ਵਾਲੀ ਗੱਲ ਨਹੀਂ ਗੀ, ਪੀ ਕਿਊ ਅਤੇ ਆਰ ਨੂੰ ਓ ਨਾਲ ਮਿਲਾ ਦਿਓ। ਜਿਹੜੇ ਆਪਣੇ ਕੋਲ ਤਿੰਨੇ ਪੁਆਇੰਟ ਆ, ਪੀ ਨੂੰ ਵੀ ਓ ਨਾਲ ਮਿਲਾ ਦਿਓ, ਕਿਊ ਨੂੰ ਵੀ ਓ ਨਾਲ ਮਿਲਾ ਦਿਓ ਅਤੇ ਆਰ ਨੂੰ ਵੀ ਓ ਨਾਲ ਮਿਲਾ ਦਿਓ, ਤਾਂ ਇਹ ਰਚਨਾ ਹੋ ਗਈ ਆਪਣੇ ਕੋਲ। ਹੁਣ ਸਬੂਤ ਦੇ ਵਿੱਚ ਕੀ ਕਰਨਾ, ਦੇਖੋ ਸਬੂਤ ਵਿੱਚ ਕੁਝ ਯਾਦੇ ਕਰਨ ਦੀ ਲੋੜ ਨਹੀਂ ਗੀ, ਸਿੰਪਲ ਜਿਹਾ 4-5 ਲਾਈਨਾਂ ਦੇ ਵਿੱਚ ਥਿਊਰਮ ਨੇ ਹੋ ਜਾਣਾ, ਧਿਆਨ ਨਾਲ ਜ਼ਰੂਰ ਦੇਖਿਓ ਇਸ ਨੂੰ। ਪਹਿਲੀ ਗੱਲ ਤਾਂ ਕਿ ਯਾਦ ਰੱਖੋ ਕਿ ਜਦੋਂ ਵੀ ਆਪਣੇ ਕੋਲ ਕੋਈ ਸਪਰਸ਼ ਰੇਖਾ ਆਪਣਾ ਜਿਹੜੀ ਅੱਧ ਵਿਆਸ ਆ ਉਹਦੇ ਨਾਲ ਮਿਲਦੀ ਆ, ਤਾਂ ਇੱਥੇ ਜਿਹੜਾ ਕੋਣ ਹੁੰਦਾ ਨਾ ਆਪਣੇ ਕੋਲ, ਇਹ 90 ਡਿਗਰੀ ਦਾ ਹੁੰਦਾ, ਇਹ ਯਾਦ ਰੱਖਿਓ ਇਸ ਗੱਲ ਨੂੰ। ਜਦੋਂ ਕੋਈ ਵੀ ਸਪਰਸ਼ ਰੇਖਾ ਕਿਸੇ ਵੀ ਕੇਂਦਰ ਤੋਂ ਆਪਾਂ ਅੱਧ ਵਿਆਸ ਡਰਾਅ ਕਰਦੇ ਹਾਂ, ਕੇਂਦਰ ਦੀ ਅੱਧ ਵਿਆਸ ਡਰਾਅ ਕਰਾਂਗੇ, ਜਦੋਂ ਆਪਾਂ ਕੋਈ ਅੱਧ ਵਿਆਸ ਡਰਾਅ ਕਰਾਂਗੇ, ਅੱਧ ਵਿਆਸ ਬਣਾਵਾਂਗੇ ਸਪਰਸ਼ ਰੇਖਾ ਦੇ ਨਾਲ, ਤਾਂ ਕੋਣ ਜਿਹੜਾ 90 ਡਿਗਰੀ ਦਾ ਹੁੰਦਾ ਵਾ। ਦੇਖੋ, ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਮੰਨ ਲਓ ਕਿ ਆਪਣੇ ਕੋਲ ਕੋਈ ਸਪਰਸ਼ ਰੇਖਾ ਵਾ, ਇੱਥੇ ਆਪਣੇ ਕੋਲ ਕੇਂਦਰ ਆ, ਜੇਕਰ ਆਪਾਂ ਕੇਂਦਰ ਤੋਂ ਇਸ ਰੇਖਾ ਨੂੰ ਮਿਲਾਵਾਂਗੇ ਤਾਂ ਇੱਥੇ ਜਿਹੜਾ ਕੋਣ ਬਣੂਗਾ ਹਮੇਸ਼ਾ 90 ਡਿਗਰੀ ਦਾ ਹੋਊਗਾ, ਹਮੇਸ਼ਾ ਯਾਦ ਰੱਖਿਓ ਤੁਸੀਂ।
ਚਲੋ ਆਪਾਂ ਥਿਊਰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਦੇ ਹਾਂ, ਜਿਹੜੀਆਂ ਆਪਣੇ ਕੋਲ ਤਰਭੁਜਾਂ ਨੂੰ ਦੋ ਤਰਭੁਜਾਂ 'ਚ ਵੰਡ ਲੈਂਦੇ ਹਾਂ। ਇੱਕ ਤਰਭੁਜ ਆਪਣੇ ਕੋਲ ਉੱਪਰ ਉਹਨੂੰ ਇੱਕ ਨੰਬਰ ਦੇ ਦਿੰਦੇ, ਇੱਕ ਤਰਭੁਜ ਥੱਲੇ ਉਹਨੂੰ ਆਪਾਂ 2 ਨੰਬਰ ਦੇ ਦਿੰਦੇ ਹਾਂ। ਤਾਂ ਇਹਨਾਂ ਦੋਨਾਂ ਤਰਭੁਜਾਂ ਦੇ ਆਪਾਂ ਨਾਮ ਲਿਖ ਸਕਦੇ ਹਾਂ, ਆਪਾਂ ਇਹਨਾਂ ਦੇ ਨਾਮ ਲਿਖ ਲੈਂਦੇ ਹਾਂ ਪੀ ਕਿਊ ਅਤੇ ਓ, ਅਤੇ ਦੂਜੀ ਤਰਭੁਜ ਉਹਨੂੰ ਆਪਾਂ ਨਾਮ ਦੇ ਦਿੰਦੇ ਹਾਂ ਪੀ ਆਰ ਅਤੇ ਓ। ਹੁਣ ਇਹਨਾਂ ਜਿਹੜੀਆਂ ਦੋ ਤਰਭੁਜਾਂ ਵਾ, ਆਪਾਂ ਇਹਨਾਂ ਦੋਨਾਂ ਤਰਭੁਜਾਂ ਨੂੰ ਸਰਭੰਗ ਸਮ ਕਰਨਾ। ਦੇਖੋ ਸਰਭੰਗ ਸਮ ਕਰਨਾ ਸਭ ਤੋਂ ਸੌਖਾ, ਬਿਲਕੁਲ ਆਸਾਨ ਆ, ਇਹਦੇ 'ਚ ਕੋਈ ਡਿਫੀਕਲਟੀ ਨਹੀਂ ਆਉਣੀ ਚਾਹੀਦੀ। ਦੇਖੋ ਮੈਂ ਤੁਹਾਨੂੰ ਦੱਸਦਾ ਕਿਵੇਂ। ਦੇਖੋ ਜਿਹੜੀਆਂ ਦੋਨੇ ਤਰਭੁਜਾਂ ਵਾ, ਤਰਭੁਜ ਇੱਕ ਉੱਪਰ ਬਣਦੀ ਇੱਕ ਥੱਲੇ ਬਣਦੀ ਹੈ, ਤਰਭੁਜ ਵਾ ਜਿਹੜੇ ਆਪਣੇ ਕੋਲ ਪੀ ਓ ਆ, ਦੇਖੋ ਇਹਨਾਂ ਦੋਨਾਂ ਦੇ ਵਿਚਕਾਰ ਇਹ ਜਿਹੜੀ ਭੁਜਾ ਹੈ ਸਾਂਝੀ ਭੁਜਾ ਵਾ, ਤਾਂ ਇਹਨਾਂ ਇਹਦੀ ਲੰਬਾਈ ਕੀ ਹੋਊਗੀ ਦੋਨੇ ਤਰਭੁਜਾਂ ਵਿੱਚ ਬਰਾਬਰ ਹੋਊਗੀ। ਜਿਹਦਾ ਮਤਲਬ ਮੈਂ ਇੱਥੇ ਲਿਖ ਸਕਦਾ ਪੀ ਓ ਬਰਾਬਰ ਪੀ ਓ, ਕਿਉਂਕਿ ਦੋਨਾਂ ਤਰਭੁਜਾਂ ਵਿੱਚ ਹੈ, ਦੋਨਾਂ ਤਰਭੁਜਾਂ ਵਿੱਚ ਆਪਣੇ ਕੋਲ ਪੀ ਓ ਪੀ ਓ ਆ, ਇਹਦਾ ਮਤਲਬ ਕਿ ਸਾਂਝੀ ਭੁਜਾ ਹੋਊਗੀ। ਠੀਕ ਆ, ਤਾਂ ਆਪਾਂ ਇਹਨੂੰ ਲਿਖ ਸਕਦੇ ਹਾਂ ਸਾਂਝੀ ਭੁਜਾ। ਉਸ ਤੋਂ ਬਾਅਦ ਦੇਖੋ ਧਿਆਨ ਦੇ ਨਾਲ, ਜੇਕਰ ਆਪਾਂ ਇਸ ਭੁਜਾ ਨੂੰ ਦੇਖੀਏ ਜਿਹੜੀ ਉੱਪਰਲੀ ਤਰਭੁਜ ਦੀ ਆ ਕਿਊ ਓ ਭੁਜਾ, ਅਤੇ ਥੱਲੜੀ ਤਰਭੁਜ ਦੀ ਜਿਹੜੀ ਭੁਜਾ ਆਪਣੇ ਕੋਲ ਆਰ ਓ ਆ, ਇਹਨੂੰ ਤੁਸੀਂ ਧਿਆਨ ਨਾਲ ਜੇਕਰ ਦੇਖੋ ਤਾਂ ਇਹ ਚੱਕਰ ਦਾ ਅਰਧ ਵਿਆਸ ਆ। ਇਹਦਾ ਮਤਲਬ ਕਿ ਜਿਹੜੀ ਉੱਪਰ ਵਾਲੀ ਤਰਭੁਜ ਆ, ਜਿਹੜੀ ਆਪਣੇ ਕੋਲ ਉੱਪਰ ਵਾਲੀ ਤਰਭੁਜ ਆ ਉਹਦੇ ਵਿੱਚ ਆਪਣੇ ਕੋਲ ਕਿਊ ਓ, ਜਿਹੜੀ ਥੱਲੇ ਵਾਲੀ ਤਰਭੁਜ ਆ ਜਿਹਦੇ ਵਿੱਚ ਬਣਦਾ ਆਰ ਓ, ਇਹ ਆਪਣੇ ਕੋਲ ਕੀ ਆ ਚੱਕਰ ਦਾ ਅਰਧ ਵਿਆਸ ਆ। ਅਤੇ ਆਪਾਂ ਨੂੰ ਪਤਾ ਕਿ ਚੱਕਰ ਦਾ ਅਰਧ ਵਿਆਸ ਹਮੇਸ਼ਾ ਬਰਾਬਰ ਹੁੰਦਾ ਵਾ। ਦੇਖੋ ਚੱਕਰ ਦੇ ਤੁਸੀਂ ਜਿੰਨੇ ਮਰਜ਼ੀ ਅਰਧ ਵਿਆਸ ਖਿੱਚ ਲਓ, ਚੱਕਰ ਦਾ ਕੇਂਦਰ ਤੋਂ ਆਪਾਂ ਕੇਂਦਰ ਤੋਂ ਹੀ ਅਰਧ ਵਿਆਸ ਖਿੱਚਦੇ ਹਾਂ, ਜੇਕਰ ਆਪਾਂ ਚੱਕਰ ਦੇ ਅਰਧ ਵਿਆਸ ਖਿੱਚਦੇ ਹਾਂ ਤਾਂ ਸਾਰਿਆਂ ਦੀ ਲੰਬਾਈ ਬਰਾਬਰ ਹੁੰਦੀ ਹੈ। ਇਸ ਕਰਕੇ ਆਪਣੇ ਕੋਲ ਕਿਊ ਓ ਬਰਾਬਰ ਆਰ ਓ ਹੋ ਗਿਆ। ਉਸ ਤੋਂ ਬਾਅਦ ਤੀਜੀ ਗੱਲ ਆਪਣੇ ਕੋਲ ਸਿੰਪਲ ਜੀ ਗੱਲ ਆ ਕਿ ਜਿਹੜਾ ਕੋਣ ਇੱਥੇ ਆਪਣੇ ਕੋਲ ਦਿੱਤਾ ਹੋਇਆ ਇਹ 90 ਡਿਗਰੀ ਦਾ ਕਿਊ ਆ, ਉਵੇਂ ਜਿਹੜਾ ਆਪਣੇ ਕੋਲ ਆਰ ਕੋਣ ਹੈ ਇਹ ਵੀ 90 ਡਿਗਰੀ ਦਾ ਵਾ। ਇਹਦਾ ਮਤਲਬ ਕਿ ਇੱਥੇ ਜਿਹੜਾ ਆਪਣੇ ਕੋਲ ਪੀ ਕਿਊ ਓ ਕੋਣ ਆ, ਉਵੇਂ ਹੀ ਆਪਣੇ ਕੋਲ ਜਿਹੜਾ ਥੱਲੇ ਬਣਦਾ ਵਾ ਪੀ ਆਰ ਓ ਕੋਣ, ਇਹ ਦੋਨੇ 90 ਡਿਗਰੀ ਦੇ ਆ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਆਪਣੇ ਕੋਲ ਤਰਭੁਜ ਪੀ ਕਿਊ ਓ ਹੋ ਗਈ ਉਹ ਸਰਭੰਗ ਸਮ ਹੋ ਗਈ ਤਰਭੁਜ ਪੀ ਆਰ ਓ ਦੇ। ਇੱਥੇ ਜਿਹੜਾ ਸਰਭੰਗ ਸਮ ਤਾਂ ਲੱਗੀ ਆ ਉਹ ਆਰ ਐੱਚ ਐੱਸ ਲੱਗੀ ਆ। ਦੇਖੋ ਆਰ ਐੱਚ ਐੱਸ ਕਾਹਤੋਂ ਲੱਗੀ ਆ, ਆਰ ਐੱਚ ਐੱਸ ਦਾ ਮਤਲਬ ਹੁੰਦਾ ਕਿ 90 ਡਿਗਰੀ, ਰਾਈਟ ਐਂਗਲ ਮਤਲਬ 90 ਡਿਗਰੀ ਦਾ ਕੋਣ, ਹਾਈਪੋਟੀਨਿਊਜ਼ ਦਾ ਮਤਲਬ ਵਿਕਰਨ, ਠੀਕ ਆ ਪੰਜਾਬੀ ਵਿੱਚ ਜਿਹਨੂੰ ਆਪਾਂ ਕਰਨ ਕਹਿੰਦੇ ਹਾਂ ਸੋਰੀ, ਅਤੇ ਸਾਈਡ ਦਾ ਮਤਲਬ ਹੁੰਦਾ ਭੁਜਾ। ਇਹਦਾ ਮਤਲਬ ਕਿ ਜੇਕਰ ਤੁਹਾਡੇ ਕੋਲ ਕੋਈ ਤਰਭੁਜ ਆ ਜਿਹੜੀ ਆਪਣੇ ਕੋਲ 90 ਡਿਗਰੀ ਵਾਲੀ ਤਰਭੁਜ ਹੁੰਦੀ ਆ, ਉਹਦੇ ਵਿੱਚ ਇੱਕ ਤਾਂ 90 ਡਿਗਰੀ ਦਾ ਕੋਣ, ਇੱਕ ਉਹਦਾ ਕਰਨ, ਅਤੇ ਇਹਨਾਂ ਵਿੱਚੋਂ ਕੋਈ ਇੱਕ ਭੁਜਾ ਬਰਾਬਰ ਹੋ ਜਾਂਦੀ ਹੈ, ਉਦੋਂ ਆਪਾਂ ਇਹ ਸਰਭੰਗ ਸਮਤਾ ਲਾਉਂਦੇ ਹਾਂ। ਅਤੇ ਜੇ ਆਪਣੇ ਕੋਲ ਦੋ ਤਰਭੁਜਾਂ ਜਿਹੜੀਆਂ ਵਾ ਉਹ ਸਰਭੰਗ ਸਮ ਹੋ ਜਾਣ, ਇਹਦਾ ਮਤਲਬ ਕਿ ਉਹਦੀਆਂ ਜਿਹੜੀਆਂ ਭੁਜਾਵਾਂ ਹੋਣਗੀਆਂ ਬਾਕੀ ਦੀਆਂ ਉਹ ਬਰਾਬਰ ਹੋ ਜਾਣਗੀਆਂ। ਇਹਦਾ ਮਤਲਬ ਕਿ ਜਿਹੜੀ ਆਪਣੇ ਕੋਲ ਆ ਭੁਜਾ ਹੁਣ ਪੀ ਕਿਊ, ਅਤੇ ਜਿਹੜੀ ਥੱਲੇ ਵਾਲੀ ਭੁਜਾ ਵਾ ਪੀ ਆਰ, ਇਹ ਦੋਨੇ ਕੀ ਹੋ ਜਾਣਗੀਆਂ ਬਰਾਬਰ। ਇਹਦਾ ਮਤਲਬ ਪੀ ਕਿਊ ਬਰਾਬਰ ਪੀ ਆਰ ਸੀ ਪੀ ਸੀ ਟੀ ਦਾ, ਠੀਕ ਆ। ਸੀ ਪੀ ਸੀ ਟੀ ਦਾ ਮਤਲਬ ਹੁੰਦਾ ਵਾ ਕੋਰਸਪੋਂਡਿੰਗ ਪਾਰਟ ਆਫ ਕੋਂਗਰੰਟ ਟ੍ਰਾਇੰਗਲਸ। ਤਾਂ ਜਿਹੜੀ ਕੋਂਗਰੰਟ ਟ੍ਰਾਇੰਗਲਸ ਹੁੰਦੀਆਂ ਉਹਦਾ ਜਿਹੜਾ ਕੋਰਸਪੋਂਡਿੰਗ ਪਾਰਟ ਹੁੰਦਾ ਉਹ ਹਮੇਸ਼ਾ ਇਕੁਅਲ ਹੁੰਦਾ ਵਾ, ਠੀਕ ਆ। ਤਾਂ ਇਹਦਾ ਮਤਲਬ ਪੀ ਕਿਊ ਬਰਾਬਰ ਪੀ ਆਰ ਆਪਾਂ ਸਿੱਧ ਕਰਤਾ। ਦੇਖੋ ਨਿੱਕੀ ਜਿਹੀ ਗੱਲ ਆ, ਕੁਛ ਖਾਸ ਹੈ ਨਹੀਂ ਥਿਊਰਮ ਦੇਗਾ, 6 ਨੰਬਰ ਦੀ ਥਿਊਰਮ ਆਉਣੀ ਆ। ਸਾਰੀਆਂ ਚੀਜ਼ਾਂ ਨੂੰ ਜੇਕਰ ਤੁਸੀਂ ਪ੍ਰੋਪਰ ਤਰੀਕੇ ਨਾਲ ਲਿਖ ਕੇ ਆਉਂਦੇ ਹੋ ਅਤੇ ਇਹਨੂੰ ਹੱਲ ਕਰ ਦਿੰਦੇ ਹੋ ਤਾਂ ਉਹਦੇ ਵਿੱਚ ਆਪਣੇ ਕੋਲ 6 ਨੰਬਰ ਪੱਕੇ ਹੋ ਜਾਂਦੇ ਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ 6 ਨੰਬਰ ਦੇ ਥਿਊਰਮ ਆਉਂਦੇ ਤੁਹਾਨੂੰ। ਤਾਂ 4 ਕੁ ਲੈਣਾ ਵਾ, ਕੁਛ ਖਾਸ ਹੈ ਨਹੀਂ, ਇਹਦੇ ਵਿੱਚ ਦੋ ਤਰਭੁਜਾਂ ਵਾ ਜਿਹਦੇ ਵਿੱਚ ਆਪਾਂ 3 ਚੀਜ਼ਾਂ ਆਪਾਂ ਨੂੰ ਉੱਥੇ ਸਿੱਧ ਕਰਨੀਆਂ, ਉਸ ਤੋਂ ਬਾਅਦ ਇਹਨੇ ਸਰਭੰਗ ਸਮ ਹੋ ਜਾਣਾ। ਸਰਭੰਗ ਸਮ ਹੋਣ ਤੋਂ ਬਾਅਦ ਬਾਏ ਸੀ ਪੀ ਸੀ ਟੀ ਆਪਾਂ ਜਿਹੜੀਆਂ ਬਾਕੀ ਦੀਆਂ ਦੋ ਭੁਜਾਵਾਂ ਵਾ ਪੀ ਕਿਊ ਅਤੇ ਪੀ ਆਰ ਉਹਨੂੰ ਸਿੱਧ ਕਰ ਦਾਂਗੇ। ਆਸਾਨ ਜਿਹੇ ਤਰੀਕੇ ਨਾਲ ਤੁਹਾਨੂੰ ਥਿਊਰਮ ਦੱਸਦੀ ਆ, ਜੇਕਰ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਟਾਈਪ ਕਰ ਦਿਓ। ਜੋ ਵੀ ਚੀਜ਼ ਨਹੀਂ ਸਮਝ ਲੱਗੀ ਮੈਂ ਉਸਨੂੰ ਦੁਬਾਰਾ ਸਮਝਾ ਦੇਵਾਂਗਾ, ਦੁਬਾਰਾ ਵੀਡੀਓ ਬਣਾ ਦੇਵਾਂਗਾ। ਇਸ ਤੋਂ ਬਿਨਾਂ ਜੇਕਰ ਕੋਈ ਹੋਰ ਥਿਊਰਮ
ਜਾਂ ਕੋਈ ਹੋਰ ਚੈਪਟਰ ਤੁਹਾਨੂੰ ਨਹੀਂ ਸਮਝ ਲੱਗਦਾ, ਬਿਲਕੁਲ ਜਾ ਕੇ ਕਮੈਂਟ ਬਾਕਸ ਵਿੱਚ ਜਾ ਕੇ ਟਾਈਪ ਕਰਿਓ। ਅਤੇ ਜੇਕਰ ਮੈਰੀਟੋਰੀਅਸ ਦੇ ਰਿਗਾਰਡਿੰਗ ਜੋ ਪੇਪਰ ਆਉਣਾ ਹੈ ਉਸਦੇ ਰਿਗਾਰਡਿੰਗ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਜ਼ਰੂਰ ਉਸਦੇ ਬਾਰੇ ਵੀ ਜਾ ਕੇ ਕਮੈਂਟ ਬਾਕਸ ਵਿੱਚ ਲਿਖਿਓ, ਉਸਦੇ ਰਿਗਾਰਡਿੰਗ ਵੀ ਵੀਡੀਓ ਮੈਂ ਜਲਦੀ ਬਣਾਵਾਂਗਾ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਅਤੇ ਆਪਣੇ ਜਿੰਨੇ ਵੀ ਰਿਸ਼ਤੇਦਾਰ ਜਾਂ ਸਕੂਲ ਦੇ ਤੁਹਾਡੇ ਸਟੂਡੈਂਟਸ ਹੁੰਦੇ, ਕਲਾਸਮੇਟ ਹੁੰਦੇ, ਉਹਨਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਬਹੁਤ ਘੱਟ ਵਿਊ ਆਉਂਦੇ ਆ ਵੀਡੀਓ ਦੇ ਉੱਪਰ, ਤਾਂ ਜਿੰਨੇ ਵੱਧ ਵੀ ਆਉਣਗੇ ਉਸ ਨਾਲ ਹੋਰ ਉਤਸ਼ਾਹ ਮਿਲਦਾ ਹੋਰ ਜ਼ਿਆਦਾ ਵੀਡੀਓ ਬਣਾਉਣ ਦਾ। ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ, ਲਾਈਕ ਵੀ ਕਰਿਓ, ਅਤੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਵੀਡੀਓ ਦੇਖਣੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।